मुक्त पावे नानका साईं गल चंगी जन्म मरन दुख जाए सपना वाहिगुरु साहिब जी तनासरी महला चौथा इच्छा पूरक सर्व सुख दाता हर जाके बस है काम तेना सो ऐसा हर त्याज्य मेरे जियड़े ता सर्व सुख पाव है मेरे बस है काम सो ऐसा हर त्याई है मेरे जियड़े तन सर्व सुख पाव है मेरे मना मन सतनाम सदा सतनाम हलत पलत मुख उज्जल होई है नित त्याई है हर पुरख निरंजना बट पाकी हर जपना जन नानक को गुर एह मत दीनी जप हर पवजल करना जह हर सिमरन पया तह उपाद गत कीनी बट भागी हर जपना जन नानक कौर एह मत दीनी जप हर पवजल करना वाहेगुरु जी का खालसा वाहेगुरु जी की फतेह। गोदरा ने मार रहे परम सत्कार जो गुरु चारे गुरु सवारे गुरु सा सकत सारे प्यार के सत्कार के नाल चोटी पीतों को बाद जाने सबू पिता गुरु गोबिंद सिंह जी का बख्शे की का नारा कौन ना रत्ना प्रभु पिता सत्कार के नाल बहुत फतेह वाहेगुरु जी का खालसा वाहेगुरु जी सेवा दे पंज शांति दे पंज महापुरख संत बाबा अमरीक सिंह जी जिन्हां दी याद दे विच आपां ऐसे गुरु ग्रंथ साहिब जी गोद दे विच सारी संत ने हुण इत्थे विराजमान होणा है। बहुत वड्डी जिम्मेवारी बाबा जी बलदेव सिंह ने मेरे ते पाई है ऐडे वड्डे समारोह दी स्टेज दी जो कार्रवाई चलाने की सेवा मेरे जिम्मे बाबा जी बलदेव सिंह ने आई है। मेरी बेनती है संगत को पहला कि जो प्रोग्राम है तकरीबन 2 बजे ताई 3 बजे ताई चलना है संत कुछ जरूरी बेनतियां रोक कर संत को बेनती है जिन्होंने बहना आके पहला उन्हें दरबार मता दे के लंगर पानी छक के आके बैठने की कृपालता करनी है जब समा समा यह प्रोग्राम चलना है। खास करके माझा बीबिया ने ज्यादा बेनती है कि आम माझा बीबिया आदत होंगी है गला करनी जे थोनों उस महापुरुष नाल प्यार है
ਸਤਿਕਾਰ ਹੈ ਜੇ ਤੁਸੀਂ ਉਸ ਮਹਾਂਪੁਰਖ ਦਾ ਸਤਿਕਾਰ ਕਰਦੇ ਹੋ। ਮੇਰੀ ਬੇਨਤੀ ਪ੍ਰਵਾਸ ਕਰੇ ਗੱਲ ਕਿਸੇ ਵੀ ਮਾਈ ਬੀਬੀ ਨੇ ਨਹੀਂ ਕਰਦੀ, ਕੇਵਲ ਤੇ ਕੇਵਲ ਉਸ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਜੁੜ ਕੇ ਆਪਾਂ ਕੀਰਤਨ ਸੁਣਨਾ, ਇਕੱਠਾ ਬਾਅਦ ਮਹਾਂਪੁਰਖਾਂ ਦੇ ਬਚਨ ਸੁਣਨੇ ਨੇ, ਇਹ ਮੇਰੀ ਬੇਨਤੀ ਪ੍ਰਵਾਸ ਕਰਿਆ ਜੀ। ਬਾਕੀ ਮੇਰੀ ਬੇਨਤੀ ਹੈ ਜੋ ਸੱਜੇ ਪਾਸੇ ਜੋ ਸਾਗਤ ਬੈਠੀ ਹੈ, ਚਿੱਟੀ ਵਿਛਾਈ ਹੋਈ ਹੋਈ ਹੈ, ਇਹ ਸਾਰੀ ਖਾਲੀ ਕੀਤੀ ਜਾਵੇ ਜਗ੍ਹਾ, ਕਿਉਂਕਿ ਇੱਥੇ ਮਹਾਂਪੁਰਖਾਂ ਨੇ ਆਉਣਾ, ਸੱਤ ਮਹਾਂਪੁਰਖ ਜਿਹੜੇ ਆਉਣਗੇ ਉਹਨਾਂ ਵਾਸਤੇ ਅੱਜ ਚਿੱਟਾਈ ਚਿੱਟੀ ਵਿਛਾਈ ਹੋਈ ਹੈ। ਸਾਗਤ ਨੂੰ ਬੇਨਤੀ ਹੈ ਸਿਰ ਪਾਸੇ ਹੋ ਜਾਣ, ਇਹ ਖਾਲੀ ਕਰਕੇ ਕਿਉਂਕਿ ਇੱਥੇ ਸੱਤ ਮਹਾਂਪੁਰਖ ਬਹਿ ਗਏ, ਮਹਾਂਪੁਰਖ ਸੱਤ ਹੋ ਬਹਿ ਆਪ ਜਿਹੜੇ ਆਪਾਂ ਪਿੰਡਾਂ ਦੇ ਹੈ, ਜਿਹੜੇ ਸਾਰੇ ਹੋਰ ਜਿਹੜੇ ਸੱਜਣ ਆ ਉਹਨਾਂ ਨੂੰ ਬੇਨਤੀ ਹੈ ਕਿਸੇ ਪਾਸੇ ਹੋ ਜੋ ਆਪਣਾ ਬਣਾ ਉਹਦੇ ਵਿੱਚ ਸਜਣ, ਇਧਰਲੇ ਪਾਸੇ ਆਪਣੇ ਖੱਬੇ ਹੱਥ ਸਟੇਜ ਦੇ ਇੱਧਰ ਬਹੁਤ ਵਧੀਆ ਬਣਾ ਰਹੇ ਇਸ ਪਾਸੇ ਆਇਆ, ਇਹ ਜਿਹੜੀ ਜਗ੍ਹਾ ਹੈ ਮਹਾਂਪੁਰਖਾਂ ਵਾਸਤੇ, ਇਹ ਬੇਨਤੀ ਪ੍ਰਵਾਨ ਕਰਿਆ ਜੀ। ਬਾਕੀ ਜਿਵੇਂ ਜਿਵੇਂ ਇੱਥੋਂ ਅਸੀਂ ਸਟੇਜ ਦਾ ਪ੍ਰੋਗਰਾਮ ਦੱਸਾਂਗੇ, ਸੰਤ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਉਸ ਮੁਤਾਬਕ ਹੀ ਚਰਨਾਂ ਦੀ ਕਿਰਪਾਲਤਾ ਕਰਨੀ ਹੈ। ਆਪਾਂ ਇੱਥੇ ਜਿਵੇਂ ਜਿਵੇਂ ਕੀਰਤਨੀ ਜੱਥੇ ਆਉਣਗੇ ਸਾਰਿਆਂ ਨੂੰ ਸਮਾਂ ਦਿੱਤਾ ਜਾਏਗਾ, ਕੋਈ ਕਥਾ ਵਾਲਕ ਮਹਾਂਪੁਰਖ ਹੋਣਗੇ ਉਹਨਾਂ ਨੂੰ ਸਮਾਂ ਦਿੱਤਾ ਜਾਏਗਾ। ਇਹ ਸਾਰਾ ਪ੍ਰੋਗਰਾਮ ਆਪਾਂ ਬੜੇ ਵਧੀਆ ਤਰੀਕੇ ਨਾਲ ਚਲਾਉਣਾ, ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸੱਤ ਮਹਾਂਪੁਰਖਾਂ ਨੇ ਆਪਣੇ ਆਪ ਹੀ ਚਲਾ ਲੈਣਾ। ਸੋ ਇਹ ਮੇਰੀ ਬੇਨਤੀ ਸਾਰੇ ਪ੍ਰਵਾਨ ਕਰਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
ਜਲਾਲ ਪਿੰਡ ਦੀ ਪ੍ਰਾਣੀਆਂ ਦੇ ਨਵੀਂ ਜੁੜੀ ਹੋਈ ਪੰਚਾਇਤ ਵੱਲੋਂ ਸਮੁੱਚੀ ਸੰਗਤ ਜੋ ਇੱਥੇ ਪੁੱਜ ਰਹੀ ਹੈ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਹੁਣ ਬੇਨਤੀ ਹੈ ਆਪਣੇ ਹਜ਼ੂਰੀ ਰਾਗੀ ਭਾਈ ਸੁਖਦੇਵ ਸਿੰਘ ਜੀ ਆਪਣੇ ਇੱਥੋਂ ਗੁਰਦੁਆਰਾ ਸਾਹਿਬ ਰਾਜਸਰ ਵਾਲੇ ਉਹ 10 ਮਿੰਟ ਲਈ ਆਪਾਂ ਨੂੰ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਸੰਗਤ ਨੂੰ ਜੋੜ ਰਹੇ ਭਾਈ ਸੁਖਦੇਵ ਸਿੰਘ ਜੀ ਵਾਹਿਗੁਰੂ ਮਹਾਂਪੁਰਸ਼ਾਂ ਦੀ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਆਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਆਓ ਜਸ ਕਰਨ ਦਾ 10 ਮਿੰਟ ਦਾ ਸਮਾਂ ਪ੍ਰਾਪਤ ਹੋਇਆ ਹੈ। ਦੋ ਧਾਰਨਾ ਸਿੱਧੀਆਂ ਪੜ੍ਹ ਕੇ ਆਪਾਂ ਸਮਾਪਤੀ ਕਰ ਦੇਣੀ ਹੈ। ਸਾਰੀਆਂ ਸੰਗਤਾਂ ਜਿੱਥੇ ਤੱਕ ਆਵਾਜ਼ ਜਾਂਦੀ ਹੈ ਉਸ ਦੀਆਂ ਧਾਰਨਾ ਦੇ ਵਿੱਚ ਬੋਲਣਾ ਹੈ। ਸਾਰੀਆਂ ਸੰਗਤਾਂ ਜਿਨ੍ਹਾਂ ਦਾ ਮਹਾਂਪੁਰਸ਼ਾਂ ਦੇ ਨਾਲ ਪਿਆਰ ਹੈ ਸਾਰੀਆਂ ਸੰਗਤਾਂ ਨੇ ਗੱਜ ਵੱਜ ਕੇ ਆਈਆਂ ਲਗਾਉਣੀਆਂ ਹਨ। ਤੇਰੇ ਜਿਹਾ ਨਹੀਂ ਮਿਲਣਾ ਨਹੀਂ ਮਿਲਣਾ ਨਹੀਂ ਮਿਲਣਾ ਜੀ।
Shoulda, 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 sho
ਆਬਾਦੀ ਹੋਗੀ ਨਾ ਪਟੋਗ ਆਪ ਕਹਿ ਕੇ ਆਪ ਕੰਠਾਂ ਵਿੱਚ ਜਾ ਕੇ ਰੋਂਦੇ ਸ਼ਕਤ ਪਿਆਰਿਆ ਆਪ ਕਹਿ ਕੇ ਆਪ ਕੰਠਾਂ ਵਿੱਚ ਜਾ ਕੇ ਰੋਂਦੇ ਸ਼ਕਤ ਪਿਆਰਿਆ ਆਪ ਕਹਿ ਕੇ ਆਪ ਕੰਠਾਂ ਵਿੱਚ ਜਾ ਕੇ ਰੋਂਦੇ ਸ਼ਕਤ ਪਿਆਰਿਆ ਆਪ ਕਹਿ ਕੇ ਆਪ ਕੰਠਾਂ ਵਿੱਚ ਜਾ ਕੇ ਰੋਂਦੇ ਸ਼ਕਤ ਪਿਆਰਿਆ ਆਪ ਕਹਿ ਕੇ ਆਪ ਕੰਠਾਂ ਵਿੱਚ ਜਾ ਕੇ ਰੋਂਦੇ ਸ਼ਕਤ ਪਿਆਰਿਆ ਆਪ ਕਹਿ ਕੇ ਆਪ ਕੰਠਾਂ ਵਿੱਚ ਜਾ ਕੇ ਰੋਂਦੇ ਸ਼ਕਤ ਪਿਆਰਿਆ ਆਪ ਕਹਿ ਕੇ ਆਪ ਕੰਠਾਂ ਵਿੱਚ ਜਾ ਕੇ ਰੋਂਦੇ ਸ਼ਕਤ ਪਿਆਰਿਆ ਰੋਂਦੇ ਸ਼ਕਤ ਪਿਆਰਿਆ ਸਾਧੂ ਮੁੜ ਕੇ ਫੇਰ ਨਾ ਆਏ ਉਹ ਗਏ ਪਰਦੇਸਾਂ ਨੂੰ ਸਾਧੂ ਮੁੜ ਕੇ ਫੇਰ ਨਾ ਆਏ ਗਏ ਪਰਦੇਸਾਂ ਨੂੰ ਉਹ ਸਾਧੂ ਮੁੜ ਕੇ ਫੇਰ ਨਾ ਆਏ ਗਏ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹੋ ਜਿਹੇ ਸੰਤਾਂ ਮਹਾਂਪੁਰਸ਼ਾਂ ਦੀ ਬਰਸੀ ਸਮਾਗਮ ਉਹਨਾਂ ਦਾ ਜੋ ਸਾਨੂੰ ਵਿਛੋੜਾ ਦੇ ਕੇ ਗਏ ਨੇ ਸ਼ਰਧਾਂਜਲੀ ਸਮਰਾਓ ਤੇ ਜੋੜਿਆਂ ਦੇ ਵਿੱਚ ਵੀ ਜਗ੍ਹਾ ਮਿਲ ਜਾਵੇ ਸਾਡੇ ਧੰਨ ਭਾਵ ਇਹੋ ਜਿਹੇ ਮਹਾਂਪੁਰਸ਼ਾਂ ਦਾ ਜਦੋਂ ਸਮਾਗਮ ਹੋਵੇ ਜੋੜਿਆਂ ਦੇ ਵਿੱਚ ਵੀ ਜਗ੍ਹਾ ਮਿਲ ਜਾਵੇ ਬਹੁਤ ਧੰਨ ਭਾਵ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨੇ ਸੋ ਬੇਨਤੀ ਹੈ ਕੁਛ ਸਾਡੇ ਕੋਲ ਰਾਜਨੀਤਿਕ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਮੈਂ ਨਾਲ ਦੀ ਨਾਲ ਇੱਕ ਹਾਜ਼ਰੀ ਲਵਾਊਂਗਾ ਅੰਮ੍ਰਿਤ ਕੁਮਾਰ ਨੂੰ ਬੇਨਤੀ ਹੈ ਕਿ ਮੇਰਾ ਧਿਆਨ ਇੱਧਰ ਆ ਕੋਈ ਵੀ ਰਾਜਨੀਤਿਕ ਸ਼ਖਸੀਅਤ ਆਉਂਦੀ ਹੈ ਇਲਾਕੇ ਦੀ ਉਹਨਾਂ ਦਾ ਨਾਂ ਨੋਟ ਕਰਕੇ ਮੇਰੇ ਧਿਆਨ 'ਚ ਲੈ ਲਗਾ ਸਾਡੇ ਕੋਲ ਭਾਈ ਤਰਲੋਕ ਸਿੰਘ ਜੀ ਡੱਲਾ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਲੁਧਿਆਣਾ ਬਾਬਾ ਹਰੀ ਸਿੰਘ ਜੀ ਰਾਜੋਕੇ ਰਕੇਸ਼ ਕੁਮਾਰ ਪ੍ਰਧਾਨ ਨਗਰ ਕੌਂਸਲ ਭਗਤਾ ਭਾਈ ਜਗਦੇਵ ਸਿੰਘ ਸਰਪੰਚ ਆਕਲੀਆ ਮੂਰਤੀ ਕੌਰ ਸਰਪੰਚ ਜਲਾਲ ਪਤਨੀ ਕਾਕੂ ਜੀ ਜਗਦੀਸ਼ ਸਿੰਘ ਪੱਪੂ ਸਾਬਕ ਸਰਪੰਚ ਜਲਾਲ ਸਮੂਹ ਨਗਰ ਪੰਚਾਇਤ ਜਲਾਲ ਸਮੂਹ ਨਗਰ ਪੰਚਾਇਤ ਰਾਜੋ
ਆ ਕਲਾ ਸਰਦਾਰ ਅਜੀਤ ਸਿੰਘ ਘਾਰੂ ਜੀ ਸਰਦਾਰ ਮਨਜੀਤ ਸਿੰਘ ਰਾਏ ਜੋ ਕਿ ਭਾਜਪਾ ਦੇ ਬਹੁਤ ਹੀ ਸੀਨੀਅਰ ਆਗੂ ਹਨ ਚੇਅਰਮੈਨ ਹਨ ਜਗਾਤ ਭਾਗ ਦੇ ਸੰਗੀਤ ਕੌਰ ਪੱਖਲ ਵਾਈਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਮੇਰੇ ਵੀਰ ਬਹੁਤ ਹੀ ਸਤਿਕਾਰਯੋਗ ਰਵਿੰਦਰ ਸਿੰਘ ਜੀ ਭਗਤਾ ਜੋ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਜ਼ਿਲ੍ਹਾ ਬਠਿੰਡਾ ਦੇ ਬੀਜੇਪੀ ਦੇ ਉਹ ਵੀ ਵਿਰਾਜਮਾਨ ਨੇ ਸੋ ਬੇਨਤੀ ਹੈ ਨਾਲ ਦੀ ਨਾਲ ਮੇਰੀ ਅੰਮ੍ਰਿਤਪਾਲ ਨੂੰ ਜੋ ਵੀ ਸਿੱਧੀਆਂ ਆਉਂਦੀਆਂ ਇਲਾਕੇ ਦੇ ਸਰਪੰਚ ਜਾਂ ਹੋਰ ਰਾਜਨੀਤਿਕ ਉਹ ਨੋਟ ਕਰਨ ਉਹਨਾਂ ਦੀ ਹਾਜ਼ਰੀ ਲਵਾਈ ਜਾਏਗੀ ਹੁਣ ਮੈਂ ਬੇਨਤੀ ਕਰਾਂਗਾ ਭਾਈ ਇਕਬਾਲ ਸਿੰਘ ਜੀ ਉਹਨਾਂ ਦੀ ਚਮਕ ਅਸੀਂ ਅੱਜ ਵੀ ਮਹਿਸੂਸ ਕਰ ਸਕਦੇ ਅੱਜ ਵੀ ਉਹ ਸਾਡੇ ਵਿੱਚ ਹੀ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਸੋ ਸਤ ਸੰਗਤ 20 ਮਿੰਟ ਦਾ ਸਮਾਂ ਬਖਸ਼ਿਆ ਲੋਕੋ ਵਾਲੇ ਵਾਦੀ ਭਾਈ ਇਕਬਾਲ ਜੀ ਦੇ ਜੱਥੇ ਨੂੰ ਸਭ ਤੋਂ ਪਹਿਲਾਂ ਅਸੀਂ ਸ਼ਬਦ ਦੁਆਰਾ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਮੇਰੇ ਪਿਤਾ ਜੀ ਦੀ ਕੰਪੋਜੀਸ਼ਨ ਹੈ ਗਾਇਆ ਕਰਦੇ ਸੀ ਕਿ ਬੇਗਮਪੁਰਾ ਸ਼ਹਿਰ ਤੋਂ ਨਾਓ ਦੁੱਖਾਂ ਤੋਂ ਨਹੀਂ ਸਿਖਾਓ ਚਲੇ ਸਭ ਨੇ ਜਾਣਾ ਸਾ ਸੰਗਤ ਰਹਿਣਾ ਕਿਸੇ ਨੇ ਨਹੀਂ ਬਸ ਉਹਨਾਂ ਪੁਰਸ਼ਾਂ ਦਾ ਇਸ ਦੁਨੀਆਂ 'ਤੇ ਨਾਮ ਰਹਿ ਜਾਂਦਾ ਹੈ ਜੋ ਇਸ ਜੱਗ 'ਤੇ ਆ ਕੇ ਇਸ ਕਾਇਨਾਤ 'ਤੇ ਆ ਕੇ ਇਸ ਮਾਤ ਲੋਕ 'ਤੇ ਆ ਕੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਦੋ ਗਰੀਬਾਂ ਦੀ ਰੱਖਿਆ ਕਰਦੇ ਨੇ ਲੋੜਵੰਦਾਂ ਦਾ ਸਹਾਰਾ ਬਣਦੇ ਨੇ ਉਹਨਾਂ ਦਾ ਨਾਮ ਇਸ ਦੁਨੀਆਂ 'ਤੇ ਰਹਿ ਜਾਂਦਾ ਸੋ ਐਸੇ ਗੁਣ ਸੰਗ ਸੰਤ ਬਾਬਾ ਅਮਰੀਕ ਸਿੰਘ ਜੀ ਦੇ ਵਿੱਚ ਜਿਹਨਾਂ ਦੀ ਯਾਦ ਵਿੱਚ ਇਕੱਤਰ ਹੋਏ ਸਭ ਤੋਂ ਪਹਿਲਾਂ ਅਸੀਂ ਇਸ ਸ਼ਬਦ ਦੁਆਰਾ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਕਿ ਬੇਗਮਪੁਰਾ ਸ਼ਹਿਰ ਤੋਂ ਨਾਓ ਦੂ ਕੰਧੋ ਨਹੀਂ ਕਥਾ ਬਹੁਤ ਜਨਮ ਬਿਛੜੇ ਮਾਧੋ ਜਨਮ ਤੁਮਾਰੇ ਚਿਰ ਭਇਓ ਦਰਸ਼ਨ ਦੇ ਚਿਰ ਭਇਓ ਦਰਸ਼ਨ ਦੇ ਚਿਰ